ਸਸਿਕਾ ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਮੀਰਗਰਾਂ ਤੁਸੀਂ ਸਾਰੇ ਠੀਕ ਹੋਵੋਗੇ ਆਹ ਵੀਡੀਓ ਬਣਾਉਂਦਾ ਮੇਰਾ ਮਕਸਦ ਇਹ ਹੈ ਕਿ ਜੇਲ ਬੋਰਡ ਵਾਲੇ ਕੈਂਡੀਡੇਟਾਂ ਵਾਸਤੇ ਇੱਕ ਨਵੀਂ ਅਪਡੇਟ ਦੱਸ ਦਾਂਗਾ অবਜੈਕਸ਼ਨ ਬਾਰੇ ਵੀ ਤੁਹਾਨੂੰ ਦੱਸੂਗਾ ਸਾਰੀ ਡਿਟੇਲ ਤੁਸੀਂ ਚੰਗੀ ਤਰ੍ਹਾਂ ਸਮਝਣੀ ਹੈ ਸਭ ਤੋਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਇੱਕ ਵੀਡੀਓ ਬਣਾ ਕੇ ਗਿਆ ਸੀ ਪੁੱਤਰੋ ਸਰਚ ਇੰਜਨ ਦੀ ਸਰਚ ਇੰਜਨ ਦੀ ਵੀਡੀਓ ਬਣਾ ਕੇ ਗਿਆ ਸੀ ਮੈਨੂੰ ਮੇਰੇ ਦਿਮਾਗ ਚੋਂ ਇਹ ਗੱਲ ਨਿਕਲ ਗਈ ਸੀ ਕਿ ਇਹ ਜਿਹੜੀ ਵੀਡੀਓ ਇਹ ਜਿਹੜਾ ਸਬਜੈਕਟ ਹੈ ਮਤਲਬ ਟੌਪਿਕ ਹੈਗਾ ਇਹ ਪੰਜਾਬ ਪੁਲਿਸ ਕਾਂਸਟੇਬਲ ਵਾਲਿਆਂ ਨੂੰ ਵੀ ਹੈਗਾਗਾ ਠੀਕ ਹੈ ਪੰਜਾਬ ਪੁਲਿਸ ਦਾ ਮੈਨੂੰ ਇਹਦੇ ਬਾਰੇ ਪਤਾ ਨਹੀਂ ਸੀ ਤਾਂ ਕਰਕੇ ਮੈਂ ਕਹਿੰਦਾ ਕਿ ਇਨਵੈਸਟੀਗੇਸ਼ਨ ਵਾਲੇ ਲਾ ਸਕਦੇ ਦੂਸਰੇ ਨਹੀਂ ਲਾ ਸਕਦੇ ਤਾਂ ਕਰਕੇ ਪੁੱਤੋ ਤੁਸੀਂ ਵੀ ਲੈਕਚਰ ਲਾਉਣਾਗਾ ਠੀਕ ਹੈ ਮਨੇ ਹੁਣੇ ਇੱਕ ਬੱਚੇ ਨੇ ਭੇਜ ਜਾਗਾ ਤੇ ਹੁਣੇ ਤੁਸੀਂ ਵੀ ਸਾਰੇ ਨੇ ਇਹ ਲੈਕਚਰ ਲਾ ਲੈਣਾ ਜਿਹੜੇ ਪੰਜਾਬ ਪੁਲਿਸ ਕਨਸਟੇਬਲ ਵਾਲੇ ਆ ਪੰਜਾਬ ਪੁਲਿਸ ਦਾ ਕੋਈ ਵੀ ਐਗਜ਼ਾਮ ਦੇਣਾ ਕਿਸੇ ਵਿੱਚ ਸੁਪਰ ਭੇਜਣਾ ਸਾਰੇ ਨੇ ਇਹ ਸਰਚ ਇੰਜਨ ਵਾਲਾ ਟੌਪਿਕ ਜ਼ਰੂਰ ਲਾਉਣਾਗਾ ਠੀਕ ਹੈ ਜੀ ਇਹ ਗੱਲ ਧਿਆਨ ਦੇ ਰੱਖਿਓ ਦੂਸਰੀ ਗੱਲ ਹੁਣ ਗੱਲ ਹੈਗੀ ਬਈ ਜੇਰ ਬਾਡਨ ਦੇ ਜੇਰ ਬਾਡਨ ਵਾਲੇ ਬੱਚਿਆਂ ਦੀ ਰੋਲਾ ਹੈਗਾ ਆਬਜੈਕਸ਼ਨ ਤਾਂ ਕੀ ਬਈ ਸਾ ਮੈਂ ਕਾਫੀ ਹੱਦ ਤੱਕ ਪਲਾ ਕੇ ਦੇਖਿਆ ਕਿ ਅਪਰੇਸ਼ਨ ਸਹੀ ਹੈਗੀ ਠੀਕ ਹੈ ਅੱਧੇ ਵਿੱਚ ਜਿਹੜੀ ਰੀਜ਼ਨਿੰਗ ਤੇ ਲਾਉਣ ਦੀ ਕਹਿ ਰਹੇ ਹਨ ਕਿ ਵਿੱਚ ਰੀਜ਼ਨਿੰਗ ਤੇ ਲਾ ਦੀਏ ਬੱਚੋ ਰੀਜ਼ਨਿੰਗ ਤੇ ਲਾਉਂਦਾ ਤੁਹਾਡਾ ਕੋਈ ਵੀ ਫਾਇਦਾ ਨਹੀਂ 1% ਵੀ ਠੀਕ ਹੈ ਸਭ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰੋ ਦੇ ਸ਼ੇਅਰ ਕਰੋ ਤੇ ਆਪਣੇ ਜਨਰ ਬਹੁਤ ਬਹੁਤ ਸਬਸਕ੍ਰਾਈਬ ਕਰੋ ਪੁੱਤਰੋ ਦੇਖੋ ਕਿਉਂ ਨਹੀਂ ਫਾਇਦਾ ਹੈਗਾ ਰੀਜ਼ਨਿੰਗ ਤੇ ਕਿਉਂਕਿ ਰੀਜ਼ਨਿੰਗ ਇੱਕ ਇਹ ਜਿਹਾ ਸਬਜੈਕਟ ਹੈਗਾ ਜਿਹਦੇ ਵਿੱਚ ਮਤਲਬ ਜਿਹੜੀ ਚੀਜ਼ ਵੀ ਬੋਟ ਕਹੂਗਾ ਉਹ ਗੱਲ ਆਪਾਂ ਨੂੰ ਮੰਨਣੀ ਹੀ ਪਊਗੀ ਠੀਕ ਹੈ ਜੇ ਕੋਈ ਸਿਲੰਡਰ ਵਾਲਾ ਸਵਾਲ ਹੁੰਦਾ ਉਹਦੇ ਵਿੱਚ ਮੇਥੋੜੀ ਮਿਸਟੇਕ ਸਾਂ ਚ ਸਿਲੰਡਰ ਵਾਲੇ ਨੂੰ ਸਮਝਣ ਲੱਗ ਗਿਆ ਵਿੱਚ ਗਲਤ ਕੀਤਾ ਪਿਆ ਉਹ ਗੱਲ ਮੈਂ ਤੁਹਾਡੀ ਮੰਨ ਲਾਂਦਾ ਠੀਕ ਹੈ ਜੀਕੇ ਦੇ ਵੀ ਬਹੁਤ سارے ਪ੍ਰੇਸ਼ਨ ਗਲਤ ਲੱਗ ਬ ਸਹੀ ਹੈ ਮਤਲਬ ਕੋਈ ਬਾਲਾ ਆਬਜੈਕਸ਼ਨ ਨਹੀਂ ਹੈਗਾ ਬਾਕੀ ਤੁਸੀਂ ਇਹ ਖੇਚਣ ਨਾ ਕਰੋ ਆਬਜੈਕਸ਼ਨ ਪਾਉਣ ਦੀ ਕਿਉਂਕਿ ਬਥੇਰ ਗੱਲ ਪਤਾ ਕੀ ਹੈ ਗੱਲ ਹੈਗੀ ਇਹ ਕਿਉਂਕਿ ਜਿਹੜੇ ਬੱਚੇ ਕਿਸੇ ਚੰਗੇ ਇੰਸਟੀਟਿਊਟਾਂ ਤੋਂ ਸਟਡੀ ਹੋਰ ਵੀ ਕਰ ਰਹੇ ਨੇ ਕਿਉਂਕਿ ਬਹੁਤ ਇੰਸਟੀਟਿਊਟ ਹੈ ਜਿਹੜੇ ਆਪਣੇ ਆਫਲਾਈਨ ਸਟਡੀ ਕਰਵਾਉਂਦੇ ਨੇ ਠੀਕ ਹੈ ਆਪਣੇ ਪੰਜਾਬ ਦੇ ਵਿੱਚ ਬਹੁਤ ਹੈਗੇ ਤੇ ਜਿਹੜੇ ਤੁਹਾਨੂੰ ਕਿਹਾ ਤੇ ਬਹੁਤ ਇੰਸਟੀਚਿਊਟ ਕਰਵਾ ਰਹੇ ਆ ਤਿਆਰੀ ਤਾਂ ਉਹਨਾਂ ਕੋਲੇ ਵੀ ਪੰਜਾਬ ਪੁਲਿਸ ਦੇ ਬੱਚਿਆਂ ਦਾ ਮੈਚ ਹੋਣਾ ਜਿਹੜਾ ਬਾਟਣਾ ਹੈ ਨਾ ਠੀਕ ਹੈ ਤੇ ਉਹ ਐਟ ਉਹ ਆਪਣੇ ਸਟੂਡੈਂਟਾਂ ਦੀ ਆਪ ਹੀ ਉਹ ਪਵਾ ਦੇਣਗੇ ਓਬਜੈਕਸ਼ਨ ਠੀਕ ਹੈ ਮਤਲਬ ਜੇ ਸਾਰੇ ਪੰਜਾਬ ਦੇ ਵਿੱਚੋਂ ਇੱਕ ਬੱਚਾ ਵੀ ਓਬਜੈਕਸ਼ਨ ਪਾਉਂਦਾ ਹੈਗਾ ਇਹ ਨਹੀਂ ਹੈਗਾ ਕਿ ਕੱਲਾ ਉਸ ਨੂੰ ਫਾਇਦਾ ਹੋਊਗਾ ਓਬਜੈਕਸ਼ਨ ਦਾ ਉਹ ਸਾਰੇ ਬੱਚਿਆਂ ਨੂੰ ਹੀ ਫਾਇਦਾ ਹੋਊਗਾ ਜਿੰਨੇ ਵੀ ਮਤਲਬ ਉਹ ਪੇਪਰ ਹੱਲ ਕਰਕੇ ਆਏ ਆ ਠੀਕ ਹੈ ਤਾਂ ਕਰਕੇ ਇਹ ਜੀ ਤੁਸੀਂ ਖਿੱਚਲਾ ਨਾ ਕਰੋ ਦੂਸਰੀ ਗੱਲ ਇਹ ਹੈ ਰੀਜ਼ਨਿੰਗ ਦੇ ਵਿੱਚ ਆਪਾਂ ਨਹੀਂ ਪਾ ਸਕਦੇ ਬੱਚੋ ਆਬਜੈਕਸ਼ਨ ਕਿਉਂਕਿ ਬਹੁਤ ਘੱਟ ਚਾਂਸ ਹੁੰਦਾ ਇਹ ਜਿਹਾ ਆਬਜੈਕਸ਼ਨ ਦਾ ਨਹੀਂ ਇਹ ਮੰਨਣਾ ਕਿਉਂਕਿ ਇਹਦੇ ਅਲੱਗ-ਅਲੱਗ ਫੰਡੇ ਹੁੰਦੇ ਆ ਤੇ ਠੀਕ ਹੈ ਅਲੱਗ-ਅਲੱਗ ਫੰਡੇ ਹੁੰਦੇ ਰੀਜ਼ਨਿੰਗ ਦੇ ਤੁਸੀਂ ਬਿਲਕੁਲ ਵੀ ਉਹ ਨਾ ਕਰੋ ਜੇਕਰ ਤੁਹਾਨੂੰ ਕਿਸੇ ਨੂੰ ਲੱਗਦਾ ਕਿ ਸਾਡਾ ਮੈਥ ਦਾ ਸਵਾਲ ਬਿਲਕੁਲ ਸਹੀ ਹੈ ਮੈਥ ਦਾ ਸਵਾਲ ਬਿਲਕੁਲ ਸਹੀ ਹੈ ਤਾਂ ਤੁਸੀਂ ਉਹਦੇ ਵੀ ਪਾ ਸਕਦੇ ਹੋ ਰਿਟ ਆ ਜਿਹੜਾ ਆਬਜੈਕਸ਼ਨ ਹੁੰਦੀ ਹੈ ਤੇ ਜੇਕਰ ਤੁਹਾਨੂੰ ਲੱਗਦਾ ਕਿ ਤੁਹਾਡਾ ਬਿਲਕੁਲ ਸਹੀ ਹੈ ਗੂਗਲ ਤੇ ਵੀ ਸਰਚ ਮਾਰਦੇ ਹੋ ਸਹੀ ਨਿਕਲਦਾ ਪਰ ਤੁਹਾਡੇ ਡਾਊਟ ਦੇ ਵਿੱਚ ਗਲਤ ਹੈਗਾ ਤਾਂ ਤੁਸੀਂ ਫਿਰ ਵੀ ਪਾਸ ਸਕਦੇ ਹੋ ਵੈਸੇ ਸਾਨੂੰ ਦੱਸਿਆ ਗਿਆ ਕਿ ਜਿਹੜੇ ਬੱਚੇ ਆਫਲਾਈਨ ਤਿਆਰੀ ਕਰਦੇ ਸੀ ਕੁੱਟਾਂ ਵਾਲੇ ਠੀਕ ਹੈ ਜਿੰਨਾ ਕੋਈ ਬੈਚ ਹੋਣਗੇ ਤਾਂ ਉਹ ਆਪਣੇ ਆਪ ਹੀ ਆਬਜੈਕਸ਼ਨ ਪਵਾ ਦੇਣਗੇ ਉਹਨਾਂ ਦੀ ਟੈਨਸ਼ਨ ਨਾ ਲਓ ਜਿਵੇਂ ਪਿਛਲੀ ਵਾਰ ਗਿਆਨ ਚੈਨਲ ਆ ਉਹਨਾਂ ਨੇ ਵੀ ਪਾਈਆਂ ਸੀ ਆਬਜੈਕਸ਼ਨਾ ਪਟਵਾਰੀ ਦੇ ਪੇਪਰ ਦੇ ਵਿੱਚ ਇਸ ਤਰ੍ਹਾਂ ਨਾਲ ਹੋਰ ਵੀ ਟ੍ਰਿਪਲ ਐਕੈਡਮੀ ਬਹੁਤ ਸਾਰੇ ਇੰਸਟੀਟਿਊਟ ਦੇ ਬੱਚੇ ਜਿਹੜੇ ਆਪਦੇ ਵੱਲ ਆਬਜੈਕਸ਼ਨਾ ਪਾਉਣਗੇ ਠੀਕ ਹੈ ਤਾਂ ਕਰਕੇ ਤੁਸੀਂ ਬੇਫਿਕਰ ਰਹੋ ਤੁਸੀਂ ਆਪਦੀ ਪੜ੍ਹਾਈ ਵਾਲਾ ਜਿਹੜਾ ਤੁਸੀਂ ਪੇਪਰ ਦਿੱਤਾ ਠੀਕ ਹੈ ਫਿਜ਼ੀਕਲ ਇਹਦਾ 1 ਮਹੀਨੇ ਤੱਕ ਆ ਜਾਣਾਗਾ ਠੀਕ ਹੈ ਇੱਕ ਮਹੀਨਾ ਹੈਗਾ ਤੁਹਾਡੇ ਕੋਲ ਫਿਜ਼ੀਕਲ ਵਾਸਤੇ ਹਜੇ ਤੇ ਦੂਸਰੀ ਗੱਲ ਫਿਜ਼ੀਕਲ ਵਾਸਤੇ ਇੱਕ ਮਹੀਨਾ ਹੈਗਾ ਤੇ ਇਹਦੀ ਟੈਨਸ਼ਨ ਨਾ ਲਓ ਤੁਸੀਂ ਠੀਕ ਹੈ ਅਬਜੈਕਸ਼ਨਾਂ ਦੀ ਤੁਸੀਂ ਅਗਲੇ ਪੇਪਰ ਦੀ ਤਿਆਰੀ ਕਰੋ ਜਲਦੀ ਤੋਂ ਜਲਦੀ ਠੀਕ ਹੈ ਇੱਕ ਤਾਂ ਗੱਲ ਇਹ ਹੈ ਦੂਸਰੀ ਗੱਲ ਜਿਹੜੇ ਬੱਚੇ ਕਹਿੰਦੇ ਸਨ ਪੰਜਾਬ ਪੁਲਿਸ ਦਾ ਸਲੇਵਸ ਕੰਪਲੀਟ ਕਰੋ ਬੱਚਿਓ ਪੰਜਾਬ ਪੁਲਿਸ ਦਾ ਸਲੇਵਸ ਬਹੁਤ ਹੱਦ ਤੱਕ ਕੰਪਲੀਟ ਹੈ 95% ਕੰਪਲੀਟ ਹੈ ਬਾਕੀ ਕੰਪਲੀਟ ਇਹ ਤਾਂ ਲਗਾਤਾਰ ਜਿੱਤੋਂ ਤੱਕ ਸਾਡਾ ਪੇਪਰ ਨਹੀਂ ਹੁੰਦਾ ਉਹਨਾਂ ਟਾਈਮ ਮੈਂ ਤੁਹਾਨੂੰ ਪੜਾਉਂਦਾ ਹੀ ਰਹੂੰਗਾ ਇਹ ਗੱਲ ਦਿਮਾਗ 'ਚ ਬਿਠਾ ਲਓ ਉਹਨਾਂ ਜਿਹੜੇ ਮੈਦਾਨੋਂ ਪੜਾਉਂਦੇ ਰਹੂਗਾ ਇਹ ਗੱਲ ਦੀ ਟੈਨਸ਼ਨ ਨਾ ਲੋ ਕਿ ਮੈਂ ਘੱਟ ਪੜਵਾਣਾ ਕਰਦਾ ਦੇਖੋ ਪੋਲੀਟਿਕਲ ਤੁਹਾਨੂੰ ਕਿੰਨੀ ਕਰਵਾਤੀ ਮੈਂ ਕੰਪਲੀਟ ਕਰਵਾਤੀ ਹਿਸਟਰੀ ਤੁਹਾਡੀ ਕੰਪਲੀਟ ਹੈ ਪੰਜਾਬ ਜੀ ਕੀ ਕੰਪਲੀਟ ਹੈ ਠੀਕ ਹੈ ਹੋਰ ਬਹੁਤ ਸਾਰੇ ਸਬਜੈਕਟ ਕੰਪਲੀਟ ਹੈ ਤੁਹਾਡੇ ਠੀਕ ਹੈ ਮੈਥ ਦਾ ਲੈਕਚਰ ਅੱਜ ਲਾ ਲੈਂਦੇ ਆ ਮੈਥ ਅੱਜ ਆਪਾਂ ਟਾਈਮ ਐਂਡ ਵਰਕ ਇੱਕ ਦਿਨ ਅੱਜ ਮਿਲ ਜਿੱਕਰ ਨੂੰ ਸਵੇਰ ਪਰਵੈਡ ਕਰ ਦੂ ਉਹ ਵੀ ਨਿਪਟੜ ਜਾ ਆਪਣਾ ਠੀਕ ਹੈ ਟਾਈਮ ਐਂਡ ਵਰਕ ਵਾਲਾ ਵੀ ਤਾਂ ਕਰਕੇ ਇਹਦੀ ਟੈਨਸ਼ਨ ਨਾ ਲੋ ਸਿਲੇਬਸ ਆਪਾਂ ਕੰਪਲੀਟ ਹੈ ਜਿਹੜ ਕੰਪਿਊਟਰ ਦਾ ਜਿਹੜੇ ਪੰਜਾਬ ਪੁਲਿਸ ਵਾਲੇ ਬੱਚੇ ਉਹਨਾਂ ਨੇ ਜਿਹੜਾ ਸਰਚ ਇੰਜਨ ਵਾਲਾ ਟੋਪਿਕ ਹੈ ਇਹ ਕਰ ਲਿਓ ਭਾਈ ਠੀਕ ਹੈ ਤੇ ਇੱਕ ਦਿਨ ਹੀ ਮੈਂ ਅਲੱਗ ਪਲੇਲਿਸਟ ਬਣਾ ਦੂੰਗਾ ਪੰਜਾਬ ਪੁਲਿਸ ਕਾਂਸਟੇਬਲ ਵਾਲਿਆਂ ਦੀ ਤੁਸੀਂ ਸਿਰਫ ਉਹੀ-ਉਹੀ ਕਰਦੇ ਆ ਜਿਹੜੀ ਮੈਂ ਲਿਸਟ ਦੇ ਵਿੱਚ ਅੱਡ ਪਾਉਂਗਾ ਪਲੇਲਿਸਟ ਦੇ ਵਿੱਚ ਉਥੋਂ ਦੱਸ ਦੂੰਗਾ ਜਦੋਂ ਪਲੇਲਿਸਟ ਬਣਾਉਂਗਾ ਤਾਂ ਬਸ ਇਹੀ ਗੱਲ ਕਰਨੀ ਸੀ ਕਿ ਬੜੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿ ਓਬਜੈਕਸ਼ਨ ਦੇ ਚੱਕਰਾਂ 'ਚ ਨਾ ਪੋ ਤੁਸੀਂ ਸਟੱਡੀ 'ਤੇ ਧਿਆਨ ਦਿਓ ਬਦਰੋ ਕਿਉਂਕਿ ਓਬਜੈਕਸ਼ਨ ਬਹੁਤ ਬੱਚੇ ਲਾਉਣਗੇ ਪੰਜਾਬ ਆਪਣਾ ਕੋਈ ਛੋਟਾ-ਮੋਟਾ ਨਹੀਂ ਹੈਗਾ ਤੇ ਬਹੁਤ ਠੀਕ ਹੈ ਨਾ ਤੇ ਇਹ ਗੱਲ ਯਾਦ ਰੱਖੋ ਮੇਰੀ ਤੇ ਬਾਕੀ ਆਪਣੀ ਅੱਗੇ ਵਾਲਾ ਤਿਆਰੀ ਵਾਲਾ ਫੋਕਸ ਕਰੋ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ ਜਉਦੇਬਾਦ ਰੋ ਇਹ ਹੀ ਗੱਲ ਕਰਨੀ ਸੀ ਤੁਹਾਡੇ ਨਾਲ ਠੀਕ ਹੈ ਜੀ ਤੇ ਚੰਗੀ ਤਰ੍ਹਾਂ ਆਪਦੀ ਸਟੱਡੀ ਸ਼ੁਰੂ ਕਰੋ ਰਿਵੀਜ਼ਨ ਕਰਦੋ ਆਪਣਾ ਸਿਲੇਬਸ ਬਹੁਤ ਹੱਦ ਤੱਕ ਕੰਪਲੀਟ ਆ ਬਾਕੀ ਪੇਪਰ ਤੱਕ ਚੱਲਦੀ ਰਹਿਣਾਗਾ ਠੀਕ ਹੈ ਜੀ ਧੰਨਵਾਦ ਮੇਰੇ ਦੋਸਤੋ